ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ। ਕੱਲ੍ਹ ਦੇ ਐਨਾਲਿਸਿਸ ਵਿੱਚ ਅਸੀਂ ਜਸਟਿਨ ਟਰੂਡੋ ਦੇ ਚੀਨ ਦੇ ਦੌਰੇ ਬਾਰੇ ਗੱਲਬਾਤ ਕੀਤੀ ਸੀ। ਅੱਜ ਵੀ ਅਸੀਂ ਉਸ ਤੇ ਹੋਰ ਜਾਣਕਾਰੀ ਲਵਾਂਗੇ, ਕਿਹੋ ਜਿਹੇ ਡਿਵੈਲਪਮੈਂਟਸ ਹੋਈਆਂ। ਸੋ ਗੱਲਬਾਤ ਕਰਦੇ ਹਾਂ ਸਾਡੇ ਪ੍ਰਾਈਮ ਐਨਲਿਸਟ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ, ਕੱਲ੍ਹ ਵੀ ਅਸੀਂ ਗੱਲਬਾਤ ਕੀਤੀ ਸੀ ਜਸਟਿਨ ਟਰੂਡੋ ਦੇ ਦੌਰੇ ਬਾਰੇ, ਉਹਨਾਂ ਨਾਲ ਕਈ ਬਿਜ਼ਨਸ ਗਰੁੱਪ ਦੇ ਮਾਲਕ ਵੀ ਗਏ ਹੋਏ ਨੇ ਉੱਥੇ, ਕੀ ਕੁਛ ਖੱਟਿਆ ਉਹਨਾਂ ਨੇ ਉੱਥੇ ਜਾ ਕੇ, ਕਿਹੋ ਜਿਹੇ ਸਮਝੌਤੇ ਹੋਏ ਨੇ, ਉਸ ਬਾਰੇ ਥੋੜ੍ਹੀ ਜਾਣਕਾਰੀ ਦਿਓ। ਹਾਂ, ਬਿਲਕੁਲ ਸਹੀ ਗੱਲ ਹੈ ਤੁਹਾਡੀ ਜਗਰਾਜ ਦੀ ਕਿ ਉੱਥੇ ਟਰੂਡੋ ਦੇ ਨਾਲ ਬਹੁਤ ਸਾਰੇ ਕੁਝ ਮੰਤਰੀ ਵੀ ਗਏ ਨੇ, ਉਹਨਾਂ ਮੰਤਰੀਆਂ ਦੇ ਨਾਲ ਕੈਨੇਡਾ ਦੇ ਬਿਜ਼ਨਸ ਗਰੁੱਪ ਵੀ ਬਹੁਤ ਸਾਰੇ ਉੱਥੇ ਨਾਲ ਪਹੁੰਚੇ ਹੋਏ ਜੀ, ਕਿਉਂਕਿ ਕੈਨੇਡਾ ਇੱਕ ਕੈਪੀਟਲਿਸਟ ਕੰਟਰੀ ਹੈ, ਇੱਥੇ ਬਹੁਤ ਸਾਰੀ ਪ੍ਰਾਈਵੇਟ ਇਨਵੈਸਟਮੈਂਟ ਹੈ, ਪ੍ਰਾਈਵੇਟ ਐਂਟਰਪ੍ਰੀਨਰਸ਼ਿਪ ਹੈ। ਉਹ ਪ੍ਰਾਈਵੇਟ ਵਿਅਕਤੀ ਫਿਰ ਚਾਈਨਾ ਦੇ ਵਿੱਚ ਆਪਣੇ ਰਾਹ ਲੱਭ ਰਹੇ ਨੇ ਕਿ ਅਸੀਂ ਚਾਈਨਾ ਦੇ ਵਿੱਚ ਕੀ ਇਨਵੈਸਟ ਕਰ ਸਕਦੇ ਹਾਂ, ਚਾਈਨਾ ਦੇ ਨਾਲ ਕਿਹੋ ਜਿਹੀਆਂ ਸਮਝੌਤਾ ਉੱਥੋਂ ਦੀਆਂ ਕੰਪਨੀਆਂ ਨਾਲ ਕਰ ਸਕਦੇ ਹਾਂ। ਉੱਥੇ ਬਹੁਤ ਗਿਣਤੀ ਕੰਪਨੀਆਂ ਨੇ ਜੋ ਉਹ ਪ੍ਰਾਈਵੇਟ ਨਹੀਂ ਹੈਗੀਆਂ, ਸਗੋਂ ਗੌਰਮੈਂਟ ਦੀਆਂ ਕੰਪਨੀਆਂ ਨੇ, ਜਾਂ ਉੱਥੇ ਜੇ ਕੁਝ ਫਰਮਾਂ ਹੈਗੀਆਂ ਗੌਰਮੈਂਟ ਦੀਆਂ ਵੀ ਵੱਖਰੀਆਂ ਵੱਖਰੀਆਂ ਫਰਮਸ ਨੇ, ਉਹਨਾਂ ਦੇ ਨਾਲ ਕਿਹੋ ਜਿਹੇ ਕੰਟਰੈਕਟ ਹੋ ਸਕਦੇ ਆ, ਉਸ ਤਰ੍ਹਾਂ ਦੀ ਸਾਰੀ ਕੁਝ ਲੱਭਣ ਦੇ ਯਤਨ ਕੀਤੇ ਜਾ ਰਹੇ ਨੇ। ਖਾਸ ਤੌਰ 'ਤੇ ਦੇਖਿਆ ਗਿਆ ਕਿ ਤਕਰੀਬਨ 56 ਸਮਝੌਤੇ 56 ਕੱਲ੍ਹ ਇਹਨਾਂ ਕੰਪਨੀਆਂ ਨੇ ਆਪਸ ਵਿੱਚ ਚੀਨ ਅਤੇ ਕੈਨੇਡਾ ਦੀਆਂ ਨੇ ਕੀਤੇ, ਜਿਨ੍ਹਾਂ ਦੇ ਵਿੱਚ $1.2 billion ਦੀ ਜਿਹੜੀ ਪੈਸਾ ਉਹ ਇਨਵੋਲਵ ਹੈ। ਸੋ ਬਹੁਤ ਵੱਡੇ ਸਮਝੌਤੇ ਨੇ ਇਹ ਜਿਹੜੇ ਕੀਤੇ ਗਏ, ਕਾਫੀ ਖੇਤਰਾਂ ਦੇ ਵਿੱਚ ਕੀਤੇ ਗਏ, ਜਿਹਦੇ ਵਿੱਚ ਇਨਫਰਾਸਟਰਕਚਰ ਮੇਨ ਹੈ ਅਤੇ ਇਹ ਤੋਂ ਇਲਾਵਾ ਬਹੁਤ ਸਾਰੀ ਗ੍ਰੀਨ ਐਨਰਜੀ ਜਾਂ ਕਲੀਨ ਟੈਕਨੋਲੋਜੀ ਵੀ ਕੈਨੇਡਾ ਉਹਨਾਂ ਨੂੰ ਕੀ ਪ੍ਰੋਵਾਈਡ ਕਰ ਸਕਦਾ ਚੀਨ ਵਾਲਿਆਂ ਨੂੰ, ਜਾਂ ਉਹਨਾਂ ਤੋਂ ਕੀ ਲੈ ਸਕਦਾ, ਇਹ ਸਾਰੀਆਂ ਚੀਜ਼ਾਂ ਰਲਵੀਆਂ ਮਿਲਵੀਆਂ ਨੇ, ਇੱਕ ਗੱਲ। ਦੂਜੀ ਗੱਲ ਜੀ, ਕੈਨੇਡਾ ਕੀ ਦੇਖਦਾ ਕਿ ਚੀਨ ਦੇ ਵਿੱਚ ਬਹੁਤ ਸਾਰਾ ਸਕੋਪ ਹੈ, ਉਹਦੇ ਨਾਲ ਬਿਜ਼ਨਸ ਬਹੁਤ ਵਧਾਇਆ ਜਾ ਸਕਦਾ, ਖਾਸ ਤੌਰ 'ਤੇ ਇਨਫਰਾਸਟਰਕਚਰ ਦੇ ਵਿੱਚ, ਕਿਉਂਕਿ ਜੇ ਅਸੀਂ ਕੈਨੇਡਾ ਨੂੰ ਦੇਖਦੇ ਹਾਂ, ਇੱਥੋਂ ਦੀ ਅਰਬਨ ਪਾਪੂਲੇਸ਼ਨ ਪਹਿਲਾਂ ਹੀ ਤਕਰੀਬਨ 82-83% ਹੈ, ਸ਼ਹਿਰ ਡਿਵੈਲਪ ਨੇ, ਸ਼ਹਿਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਵਿਕਸਿਤ ਨੇ, ਲੋਕਾਂ ਨੂੰ ਸਾਰੀਆਂ ਸਹੂਲਤਾਂ ਤਕਰੀਬਨ ਉਪਲਬਧ ਨੇ, ਹੈ ਨਾ। ਪਰ ਜੇ ਚੀਨ ਦਾ ਅਸੀਂ ਗ੍ਰਾਫ ਦੇਖਦੇ ਹਾਂ, ਉੱਥੇ ਗਰੋਥ ਦਾ ਰੇਟ ਬਹੁਤ ਤੇਜ਼ ਹੈ। ਜੇ ਤੁਸੀਂ 1960 ਦਾ ਟਾਈਮ ਦੇਖੋ ਕਿ 60 ਦੇ ਵਿੱਚ ਸਿਰਫ 16% ਲੋਕ ਸੀ ਜਿਹੜੇ ਕਿ ਅਰਬਨ ਖੇਤਰਾਂ 'ਚ ਰਹਿੰਦੇ ਸੀ, 16 ਇੰਡੀਆ 'ਚ 18 ਰਹਿੰਦੇ ਸੀ ਉਦੋਂ, ਤਾਂ ਹੁਣ ਉੱਥੋਂ ਜਿਹੜਾ ਗਰੋਥ ਰੇਟ ਜਾ ਕੇ 56% 'ਤੇ ਚਲਿਆ ਗਿਆ, ਕਿ 56% ਲੋਕ ਨੇ ਜਿਹੜੇ ਅਰਬਨ ਖੇਤਰਾਂ 'ਚ ਹੁਣ ਰਹਿ ਰਹੇ ਨੇ, ਜਦੋਂ ਕਿ ਇੰਡੀਆ 'ਚ 33% ਨੇ। ਇਹਦਾ ਭਾਵ ਚੀਨ ਦੀ ਜਿਹੜੀ ਅਰਬਨਾਈਜੇਸ਼ਨ ਹੈ ਜਾਂ ਸ਼ਹਿਰੀਕਰਨ ਹੈ, ਉਹ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ। ਦੁਨੀਆ ਦੇ ਵਿੱਚ ਚੀਨ ਇੱਕ ਉਹ ਮੁਲਕ ਹੈ ਜਿੱਥੇ ਸਭ ਤੋਂ ਵੱਧ ਸ਼ਹਿਰ ਬਣਾਏ ਜਾ ਰਹੇ ਨੇ, ਸ਼ਹਿਰ ਡਿਵੈਲਪ ਕੀਤੇ ਜਾ ਰਹੇ ਨੇ। ਹੁਣ ਜਦੋਂ ਸ਼ਹਿਰ ਡਿਵੈਲਪ ਹੋ ਰਹੇ ਨੇ, ਇਹਦੇ ਨਾਲ ਦੀ ਨਾਲ ਮਿਡਲ ਕਲਾਸ ਡਿਵੈਲਪ ਹੋ ਰਹੀ ਹੈ ਉੱਥੇ, ਉਹਦਾ ਬਹੁਤ ਵਿਕਾਸ ਹੋ ਰਿਹਾ। ਤਾਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਚੀਨ ਦੀ ਮਾਰਕੀਟ ਨੂੰ, ਜੇ ਅੱਜ ਦੁਨੀਆ ਤੋਂ ਸਭ ਤੋਂ ਵੱਧ ਕਾਰਾਂ ਚੀਨ ਦੇ ਵਿੱਚ ਵਿਕ ਰਹੀਆਂ ਨੇ, ਇਸੇ ਰੂਪ ਦੇ ਵਿੱਚ ਇਨਫਰਾਸਟਰਕਚਰ ਵੀ ਚੀਨ ਦੇ ਵਿੱਚ ਹੀ ਸਭ ਤੋਂ ਵੱਧ ਬਣ ਰਿਹਾ। ਸੋ ਉੱਥੇ ਸੜਕਾਂ ਕਿਵੇਂ ਬਣਾਉਣੀਆਂ ਨੇ, ਬਿਜਲੀ ਦਾ ਕੰਮ ਕਿਵੇਂ ਕਰਨਾ, ਕਿਉਂਕਿ ਜਿਹੜਾ ਪਲਾਨਿੰਗ ਦਾ ਸਿਸਟਮ ਆ ਸ਼ਹਿਰਾਂ ਦਾ, ਉਹ ਕੈਨੇਡਾ ਦਾ ਬਹੁਤ ਅੱਛਾ ਹੈ। ਇਸ ਕਰਕੇ ਜਦੋਂ ਹੁਣ ਪਿੱਛੇ ਮੋਦੀ ਸਰਕਾਰ ਨੇ ਵੀ ਕਿਹਾ ਸੀ ਕਿ ਅਸੀਂ ਸ਼ਹਿਰ ਬਣਾਉਣੇ ਆ, ਤਾਂ ਕੈਨੇਡਾ ਉਹਨਾਂ ਸ਼ਹਿਰਾਂ ਨੂੰ ਮਾਡਰਨਾਈਜ਼ ਕਰਨ ਦੇ ਲਈ, ਡਿਵੈਲਪ ਕਰਨ ਦੇ ਵਿੱਚ ਵੱਡੀ ਸਹਾਇਤਾ ਦੇ ਸਕਦਾ। ਸੋ ਇੱਥੋਂ ਦੀਆਂ ਜਿੰਨੀਆਂ ਇਨਫਰਾਸਟਰਕਚਰ ਕੰਪਨੀਆਂ ਨੇ, ਉਹ ਚੀਨ ਦੇ ਵਿੱਚ ਚੰਗਾ ਬਿਜ਼ਨਸ ਕਰ ਸਕਦੀਆਂ ਨੇ, ਚੀਨ 'ਚ ਗਈਆਂ ਨੇ, ਉੱਥੇ ਸਮਝੌਤੇ ਕਰ ਰਹੀਆਂ ਨੇ। ਸੋ ਇਸ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਚੀਨ ਦੇ ਵਿੱਚ ਕਾਫੀ ਸਕੋਪ ਹੈ ਫਿਲਹਾਲ। ਇਸ ਵੇਲੇ ਜਦੋਂ ਚੀਨ ਦੀ ਬਹੁਤੀ ਤਰੱਕੀ ਜਿਹੜੀ ਹੋਈ 1990 ਤੋਂ ਬਾਅਦ, ਉਹ ਬਹੁਤੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਨੇ ਜਾ ਕੇ ਉੱਥੇ ਇਨਵੈਸਟ ਕੀਤਾ, ਉਹਨਾਂ ਦੇ ਰਾਹੀਂ ਹੀ ਹੋਈ ਹੈ। ਸੋ ਇੱਕ ਕਮਿਊਨਿਸਟ ਕੰਟਰੀ ਨੇ ਜਿਹੜਾ ਵੇ ਆਫ ਢੰਗ ਅਪਣਾਇਆ, ਉਹ ਸਾਰਾ ਹੀ ਕੈਪੀਟਲਾਈਜ਼ਡ ਢੰਗ ਅਪਣਾਇਆ, ਜਿਹਦੇ ਨਾਲ ਉਹਨਾਂ ਦੀ ਬਹੁਤ ਹੀ ਗਰੋਥ ਹੋਈ ਹੈ। ਸੋ ਕੈਨੇਡਾ ਦੀਆਂ ਕੰਪਨੀਆਂ ਨੂੰ ਉੱਥੇ ਕਾਫੀ ਕੁਝ ਮਿਲਣ ਦੀ ਪੋਸੀਬਿਲਿਟੀ ਹੈ। ਡਾਕਟਰ ਸਾਹਿਬ, ਚੀਨ ਤੋਂ ਕੈਨੇਡਾ ਵੱਲ ਟੂਰਿਜ਼ਮ ਬਹੁਤ ਵਧਿਆ ਪਿਛਲੇ ਦਿਨੀ, ਆਪਣੇ ਇਮੀਗ੍ਰੇਸ਼ਨ ਮਿਨਿਸਟਰ ਵੀ ਉੱਥੇ ਗਏ ਸੀ, ਉਹਨਾਂ ਨੇ ਇੱਕ ਵਾਧੂ ਉੱਥੇ ਹੋਰ ਆਫਿਸਿਸ ਖੋਲ੍ਹਣ ਦੀ ਗੱਲਬਾਤ ਕੀਤੀ ਸੀ, ਕਿ ਜਸਟਿਨ ਟਰੂਡੋ ਵੀ ਇਸ ਬਾਰੇ ਕੁਝ ਗੱਲਬਾਤ ਕਰ ਰਹੇ ਨੇ। ਹਾਂ, ਬਹੁਤ ਵੱਡੀ ਗੱਲ ਕਰ ਰਹੇ ਨੇ ਇਸ ਖੇਤਰ ਦੇ ਵਿੱਚ ਉਹ। ਅੱਜ ਹੀ ਮੈਂ ਪੜ੍ਹਦਾ ਸੀ ਕਿ ਤਕਰੀਬਨ ਕੈਨੇਡਾ ਨੇ ਚੀਨ ਦੇ ਵਿੱਚ 7 ਨਵੇਂ ਵੀਜ਼ਾ ਜਿਹੜੇ ਆਫਿਸ ਨੇ ਉਹ ਖੋਲ੍ਹਣ ਦਾ ਐਲਾਨ ਕੀਤਾ, ਤਾਂ ਜੋ ਉੱਥੋਂ ਵੱਧ ਤੋਂ ਵੱਧ ਜਿਹੜਾ ਟੂਰਿਸਟ ਹੈ ਉਹ ਕੈਨੇਡਾ ਦੇ ਵਿੱਚ ਖਿੱਚਿਆ ਜਾ ਸਕੇ। ਜੇ ਅਸੀਂ ਕੈਨੇਡਾ ਦੀ ਟੂਰਿਸਟ ਹਿਸਟਰੀ ਦੇਖੀਏ, ਇੱਥੋਂ ਦੀ ਇਕੋਨਮੀ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਹੈ। ਸਭ ਤੋਂ ਵੱਧ ਅਮੈਰੀਕਾ ਤੋਂ ਇੱਥੇ ਟੂਰਿਸਟ ਆਉਂਦਾ ਹੈ, ਦੂਜੇ ਨੰਬਰ 'ਤੇ ਬ੍ਰਿਟੇਨ ਤੋਂ ਆਉਂਦਾ ਹੈ, ਤੀਜੇ ਨੰਬਰ 'ਤੇ ਚੀਨ ਤੋਂ ਇੱਥੇ ਟੂਰਿਸਟ ਆ ਰਿਹਾ, ਅਤੇ ਹੁਣ ਉਹਦੇ 'ਚ ਵਾਧਾ ਬਹੁਤ ਹੋ ਰਿਹਾ। ਜੇ ਆਹ ਤੁਸੀਂ ਪਿਛਲੇ 6 ਮਹੀਨਿਆਂ ਦਾ ਹੀ ਗ੍ਰਾਫ ਦੇਖੋ, ਜਨਵਰੀ ਤੋਂ ਲੈ ਕੇ ਤਕਰੀਬਨ ਜੂਨ ਤੱਕ ਦਾ ਜਿਹੜਾ 6 ਮਹੀਨਿਆਂ ਦਾ ਡਾਟਾ ਸਾਡੇ ਸਾਹਮਣੇ ਆਇਆ, ਇਹ 6 ਮਹੀਨੇ ਦੇ ਵਿੱਚ ਚੀਨ ਦਾ ਜਿਹੜਾ ਟੂਰਿਸਟ ਹੈ ਉਹ ਤਕਰੀਬਨ 24% ਉਹਦੇ 'ਚ ਵਾਧਾ ਹੋਇਆ। ਸੋ 24% ਇਟਸ ਨੋਟ ਏ ਮਾਈਨਰ ਥਿੰਗ, ਸੋ ਬਹੁਤ ਵੱਡਾ ਵਾਧਾ ਹੈ। ਇਹ ਤੋਂ ਇਲਾਵਾ ਦੇਖੋ, 2015 ਦੇ ਵਿੱਚ ਮੌਂਟਰੀਅਲ ਅਤੇ ਬੀਜਿੰਗ ਦੀਆਂ ਸਿੱਧੀ ਫਲਾਈਟਸ ਸ਼ੁਰੂ ਹੋਈਆਂ ਸੀ, ਜਦੋਂ ਸਿੱਧੀ ਫਲਾਈਟ ਸ਼ੁਰੂ ਹੋ ਗਈ ਉਸ ਤੋਂ ਬਾਅਦ 200% ਤੱਕ ਦਾ ਵਾਧਾ ਇਕੱਲਾ ਮੌਂਟਰੀਅਲ ਸ਼ਹਿਰ ਦੇ ਵਿੱਚ ਦੇਖਿਆ ਗਿਆ।
ਚੀਨ ਕਿਉਂਕਿ ਗਰੋ ਕਰ ਰਿਹਾ, ਲੋਕਾਂ ਕੋਲ ਪੈਸਾ ਵੱਧ ਰਿਹਾ, ਉਹ ਬਾਹਰ ਨੂੰ ਆਉਣਾ ਚਾਹੁੰਦੇ ਨੇ, ਐਜ ਏ ਟੂਰਿਸਟ ਆਉਣਾ ਚਾਹੁੰਦੇ ਨੇ, ਇਸ ਕਰਕੇ ਜਿਹੜਾ ਚੀਨ ਦੀ ਟੂਰਿਸਟ ਇੰਡਸਟਰੀ ਹੈ ਉਹ ਕੈਨੇਡਾ ਨੂੰ ਕਾਫੀ ਵੱਡਾ ਲਾਭ ਕੈਨੇਡਾ ਦੀ ਇਕੋਨਮੀ ਨੂੰ ਦੇ ਸਕਦੀ ਹੈ। ਇਹ ਇੱਕ ਫਾਇਦਾ ਹੈ ਜਿਹੜਾ ਕਿ ਕੈਨੇਡਾ ਵਾਲੇ ਚੀਨ ਤੋਂ ਖੱਟ ਸਕਦੇ ਨੇ। ਐਡੀ ਵੱਡੀ ਪਾਪੂਲੇਸ਼ਨ, 135 ਕਰੋੜ ਦੀ ਪਾਪੂਲੇਸ਼ਨ ਦੇ ਵਿੱਚੋਂ ਜੇ ਉਹਨਾਂ ਦੀ 50% ਪਾਪੂਲੇਸ਼ਨ ਵੀ ਮਿਡਲ ਕਲਾਸ ਦੇ ਵਿੱਚ ਆ ਗਈ ਤਾਂ ਦੇਖੋ ਕਿ ਸਾਡੇ ਨਾਲੋਂ ਤਾਂ ਫਿਰ ਵੀ ਕਿੰਨੇ 200 ਗੁਣਾ ਤਕਰੀਬਨ ਵੱਧ ਉਹਨਾਂ ਦੀ ਪਾਪੂਲੇਸ਼ਨ ਹੈ ਜਿਹੜੀ ਕਿ ਮੂਵ ਕਰ ਸਕਦੀ ਹੈ। ਸੋ ਕੈਨੇਡਾ ਉਸਦਾ ਬਹੁਤ ਵੱਡਾ ਫਾਇਦਾ ਐਜ ਏ ਟੂਰਿਸਟ ਕੰਟਰੀ ਬਣ ਕੇ ਲੈ ਸਕਦਾ ਅਤੇ ਲੈਣ ਜਾ ਰਹੇ ਨੇ ਜਿਹੜੇ ਟਰੂਡੋ ਦੇ ਉੱਥੇ ਯਤਨ ਹੋ ਰਹੇ ਨੇ, ਇਸ ਖੇਤਰ ਦੇ ਵਿੱਚ ਵੀ ਹੋ ਰਹੇ ਨੇ ਜੀ। ਹਾਂਜੀ, ਤਾਂ ਟੂਰਿਜ਼ਮ ਦਾ ਪੱਖ ਇੰਨਾ ਕੁ ਆਪਾਂ ਕਹਿ ਸਕਦੇ ਹਾਂ। ਡਾਕਟਰ ਸਾਹਿਬ, ਇੱਕ ਫਰੀ ਟ੍ਰੇਡ ਅਗਰੀਮੈਂਟ ਜਿਹੜਾ ਦੋਨਾਂ ਮੁਲਕਾਂ 'ਚ ਹੋਇਆ ਸੀ ਉਹ ਠੰਡੇ ਵਾਸਤੇ ਪਿਆ ਹੋਇਆ, ਉਸ 'ਤੇ ਵੀ ਕੋਈ ਪ੍ਰੋਗਰੈਸ ਹੋ ਰਿਹਾ? ਹਾਂ, ਇਹ ਵੀ ਇੱਕ ਵੱਡਾ ਪੁਆਇੰਟ ਹੈ ਮੇਰੇ ਹਿਸਾਬ ਦੇ ਨਾਲ ਕਿ ਜਿਹੜਾ ਫਰੀ ਟ੍ਰੇਡ ਦਾ ਐਗਰੀਮੈਂਟ ਹੈ, ਚੀਨ ਇਹ ਚਾਹੁੰਦਾ ਹੈ ਕਿ ਫਰੀ ਟ੍ਰੇਡ ਦਾ ਐਗਰੀਮੈਂਟ ਕੀਤਾ ਜਾਵੇ। ਕੈਨੇਡਾ ਉਹਦੇ ਵਿੱਚ ਥੋੜ੍ਹਾ ਜਿਹਾ ਸਲੋ ਚੱਲ ਰਿਹਾ, ਜਿਹੜੀ ਪਿਛਲੀ ਕੰਜ਼ਰਵੇਟਿਵ ਗਵਰਨਮੈਂਟ ਸੀ ਹਾਰਪਰ ਦੀ ਉਸ ਟਾਈਮ ਦੇ ਉੱਤੇ ਇਹ ਪ੍ਰੋਸੈਸ ਸ਼ੁਰੂ ਹੋਇਆ ਸੀ। ਇਹ ਬਹੁਤ ਲੰਬਾ ਸਮਾਂ ਹੋ ਗਿਆ, ਇਹ ਹਲੇ ਚੱਲੀ ਹੋ ਜਾ ਰਿਹਾ। 2012 'ਚ ਵੀ ਥੋੜ੍ਹੀ ਜਿਹੀ ਤੇਜ਼ੀ ਆਈ ਸੀ ਇਹਦੇ ਵਿੱਚ, ਪਰ ਚੀਨ ਦੇ ਹੁਣ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਲੀ ਨੇ ਵੀ ਹੁਣ ਇਹ ਗੱਲ ਕਹੀ ਹੈ ਕਿ ਤੁਸੀਂ ਇਹਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ, ਇਹਨੂੰ ਥੋੜ੍ਹਾ ਜਿਹਾ ਇਹਦੇ 'ਤੇ ਐਕਟੀਵੇਟ ਹੋਵੋ। ਪਰ ਹੁਣ ਜਿਹੜੇ ਟਰੂਡੋ ਦੇ ਨਾਲ ਅਧਿਕਾਰੀ ਗਏ ਨੇ ਉਹਨਾਂ ਨੇ ਇਹ ਤਾਂ ਕਿਹਾ ਕਿ ਹਾਂ ਇਹਦੇ ਬਾਰੇ ਮਾੜੀ ਮੋਟੀ ਗੱਲਬਾਤ ਹੋਈ ਹੈ, ਪਰ ਕੋਈ ਠੋਸ ਜਿਹੜਾ ਨਿਰਣਾ ਇਸ ਖੇਤਰ ਦੇ ਵਿੱਚ ਫਿਲਹਾਲ ਨਹੀਂ ਹੋ ਰਿਹਾ ਕਿ ਕੀ ਨੈਗੋਸੀਏਸ਼ਨ ਹੋਵੇਗੀ ਜਾਂ ਨਹੀਂ ਹੋਵੇਗੀ, ਕਿਸ ਪੱਧਰ 'ਤੇ ਹੋਵੇਗੀ, ਇਹਦੇ ਬਾਰੇ ਹਲੇ ਕੋਈ ਬਹੁਤੀ ਚਰਚਾ ਨਹੀਂ ਹੋ ਰਹੀ। ਇਹਦੇ ਹੁਣ ਰੀਜ਼ਨ ਨੇ ਕੁਛ ਕਿਉਂ ਨਹੀਂ ਹੋ ਰਹੀ, ਹੈ ਨਾ। ਕੈਨੇਡਾ ਦੇ ਬੜੇ ਵੱਡੇ ਵੱਡੇ ਕੰਸਰਨ ਨੇ, ਕੈਨੇਡਾ ਇਹ ਚਾਹੁੰਦਾ ਕਿ ਜੇ ਅਸੀਂ ਉਹਨਾਂ ਨੂੰ ਫਰੀ ਟ੍ਰੇਡ ਦਾ ਐਗਰੀਮੈਂਟ ਕਰ ਲਿਆ, ਉਹਨਾਂ ਦੀ ਇਨਵੈਸਟਮੈਂਟ ਇੱਥੇ ਆਉਣ ਲੱਗ ਪਈ ਵੱਧ ਖੇਤਰਾਂ ਦੇ ਵਿੱਚ, ਤਾਂ ਉਹਦੇ 'ਚ ਕੁਝ ਖਤਰੇ ਵੀ ਪੈਦਾ ਹੋ ਸਕਦੇ ਨੇ ਇੱਥੋਂ ਦੀ ਇਕੋਨਮੀ ਨੂੰ ਜਾਂ ਇੱਥੋਂ ਦੇ ਸਿਸਟਮ ਨੂੰ, ਕਿਉਂਕਿ ਉਹਨਾਂ ਦੀਆਂ ਕੰਪਨੀਆਂ ਜਿਹੜੀਆਂ ਸਟੇਟ ਓਨਡ ਕੰਪਨੀਆਂ ਨੇ, ਬਹੁਤੀਆਂ ਬਹੁਤ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੇ ਹਨ, ਜਿਵੇਂ ਪਿੱਛੇ ਉਹਨਾਂ ਨੇ ਇੱਕ ਨੈਕਸਨ ਜਿਹੜਾ ਐਨਰਜੀ ਦਾ ਪਲਾਂਟ ਖਰੀਦਿਆ ਸੀ ਅਲਬਰਟਾ ਦੇ ਵਿੱਚ ਹਾਰਪਰ ਦੇ ਟਾਈਮ ਦੇ ਉੱਤੇ, ਉਹਦਾ ਕੈਨੇਡਾ 'ਚ ਬੜੀ ਆਲੋਚਨਾ ਹੋਈ ਸੀ ਕਿ ਜੇ ਇਸ ਤਰ੍ਹਾਂ ਨਾਲ ਆਪਣੇ ਐਨਰਜੀ ਦੇ ਪਲਾਂਟ ਤੁਸੀਂ ਚੀਨ ਦੀ ਸਰਕਾਰੀ ਏਜੰਸੀ ਨੂੰ ਦੇਣ ਲੱਗ ਪਏ, ਇਹ ਫਿਊਚਰ ਦੇ ਵਿੱਚ ਖਤਰਾ ਖੜਾ ਕਰ ਸਕਦੇ ਨੇ, ਕਿਉਂਕਿ ਆਸਟ੍ਰੇਲੀਆ 'ਚ ਹੋਇਆ, ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਹੈ ਚੀਨ ਦੀ, ਅਤੇ ਚੀਨ ਇਸ ਵੇਲੇ ਆਸਟ੍ਰੇਲੀਆ ਦਾ ਨੰਬਰ 1 ਟ੍ਰੇਡ ਪਾਰਟਨਰ ਹੈ, ਉਹਦਾ ਆਪਦਾ ਅਲਾਈ USA ਨਹੀਂ ਹੈਗਾ, ਉਹ USA ਨੂੰ ਛੱਡ ਕੇ ਸਗੋਂ ਉਹ ਵੱਡਾ ਟ੍ਰੇਡ ਪਾਰਟਨਰ ਹੈ। ਉਹਨਾਂ ਨੇ ਪਿੱਛੇ ਇੱਕ ਬਿੱਡ ਲਾਈ ਕਿ ਚੀਨ ਦੀ ਸਾਰੀ ਇਲੈਕਟ੍ਰੀਸਿਟੀ ਦੀ ਕਾਰਪੋਰੇਸ਼ਨ ਖਰੀਦਣ ਲੱਗੇ ਸੀ ਚੀਨ ਦੀ ਏਜੰਸੀਆਂ ਆਸਟ੍ਰੇਲੀਆ, ਉਹਦੇ 'ਚ ਕੀ ਹੁਣ ਅਸੀਂ ਮੰਨ ਲਓ ਕਿ ਸਾਰੀ ਇਲੈਕਟ੍ਰੀਸਿਟੀ ਕਾਰਪੋਰੇਸ਼ਨ ਹੈ ਜਿਹੜੀ ਆਸਟ੍ਰੇਲੀਆ ਦੀ ਉਹ ਚੀਨ ਵਾਲੇ ਖਰੀਦ ਲੈਂਦੇ, ਜਿਹੜੇ ਹੁਣ ਉੱਥੇ ਹਿੱਤ ਨੇ ਸਾਊਥ ਚਾਈਨਾ ਦੇ ਵਿੱਚ ਸੀਧਾ ਜਿਹੜਾ ਰੌਲਾ ਪੈਂਦਾ ਹੈ, ਉਹਦੇ 'ਚ ਇੰਟਰਸਟ ਹੈ ਜਿਹੜਾ ਆਸਟ੍ਰੇਲੀਆ ਦਾ ਉਹ ਅਮਰੀਕਾ ਦੇ ਨਾਲ ਹੈ। ਜੇ ਹੁਣ ਉੱਥੋਂ ਕੱਲ੍ਹ ਨੂੰ ਆਸਟ੍ਰੇਲੀਆ ਚੀਨ ਦੇ ਵਿਰੋਧ ਦੇ ਵਿੱਚ ਆ ਕੇ ਕੋਈ ਗੱਲ ਕਰਦਾ, ਇਹਦਾ ਭਾਵ ਚੀਨ ਦੀ ਉਹ ਸਰਕਾਰੀ ਕਾਰਪੋਰੇਸ਼ਨ ਜਿਹੜੀ ਇਲੈਕਟ੍ਰੀਸਿਟੀ ਉਹਨਾਂ ਨੇ ਸਾਰੇ 'ਤੇ ਕੰਟਰੋਲ ਕਰ ਲੈਣਾ ਸੀ, ਸਾਰੇ ਆਸਟ੍ਰੇਲੀਆ ਨੂੰ ਇੱਕਦਮ ਬਿਜਲੀ ਗੁੱਲ ਕਰ ਸਕਦੀ ਸੀ, ਇਹਦਾ ਭਾਵ ਉਹਨਾਂ ਦੀ ਇਕੋਨੋਮੀ ਅਤੇ ਪੋਲੀਟੀਕਲ ਅਟੋਨੋਮੀ ਜਾਂ ਸੋਵਰੇਨਟੀ ਨੂੰ ਉਹ ਖਤਰਾ ਬਣ ਸਕਦੇ ਸੀ। ਇਹ ਗੱਲ ਹੁਣ ਕੈਨੇਡਾ ਦੇ ਵਿੱਚ ਵੀ ਹੈ, ਵੀ ਇਹਨਾਂ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਦੇਖ ਦੇਖ ਕੇ ਚੱਲੋ, ਉਹ ਵੀ ਨੈਕਸਨ ਐਨਰਜੀ ਪ੍ਰੋਜੈਕਟ ਤੋਂ ਬਾਅਦ ਇਹਨਾਂ ਨੇ ਉਹਨਾਂ ਦੀਆਂ ਕੰਪਨੀਆਂ ਨੂੰ ਇੱਥੋਂ ਦੇ ਸ਼ੇਅਰ ਨੇ ਜਿਹੜੇ ਪ੍ਰਾਈਵੇਟ ਕੰਪਨੀਆਂ ਵੇਚਣ ਦੇ ਲਈ ਜੇ ਆਉਣ ਵੀ ਤਾਂ ਹੁਣ ਕੈਨੇਡਾ ਥੋੜ੍ਹਾ ਜਿਹਾ ਸੰਕੋਚ ਕਰ ਰਿਹਾ ਕਿ ਦਈਏ ਕਿ ਨਾ ਦਈਏ। ਦੂਜੀ ਗੱਲ, ਜੇ ਹੁਣ ਕੈਨੇਡਾ ਵਾਲੇ ਤਾਂ ਚਾਹੁੰਦੇ ਨੇ ਕਿ ਠੀਕ ਹੈ ਫਰੀ ਟ੍ਰੇਡ ਐਗਰੀਮੈਂਟ ਸਾਡੇ ਹੋਰਾਂ ਕੰਟਰੀਜ਼ ਦੇ ਨਾਲ ਵੀ ਨੇ, ਪਰ ਚੀਨ ਇੱਕ ਬਹੁਤ ਵੱਡੀ ਗਰੋਇੰਗ ਪਾਵਰ ਹੈ, ਜੇ ਉਹਦੇ ਨਾਲ ਕਰ ਲਿਆ ਕਿਤੇ ਸਾਡੀ ਇਕੋਨੋਮੀ ਨੂੰ ਇਸ ਤਰ੍ਹਾਂ ਦਾ ਖਤਰਾ ਨਾ ਬਣ ਜਾਵੇ, ਸਾਡੇ 'ਤੇ ਕੰਟਰੋਲ ਹੀ ਕਰ ਲੈਣ ਆ ਕੇ ਸਾਡਾ ਸਾਰਾ ਚੀਜ਼ਾਂ ਖਰੀਦ ਲੈਣ ਉਹ ਇੱਕ ਤਰ੍ਹਾਂ ਦੇ ਨਾਲ, ਤਾਂ ਉਹਦੇ 'ਚ ਜਿਹੜਾ ਚੀਨ ਇਹ ਚਾਹੁੰਦਾ ਹੈ ਕਿ ਜਿਹੜੀ ਮੈਂ ਇੱਥੇ ਇਨਵੈਸਟਮੈਂਟ ਕਰਾਂ, ਜਿਹੜਾ ਉਹਨਾਂ ਦੀਆਂ ਕੰਪਨੀਆਂ ਇਨਵੈਸਟਮੈਂਟ ਕਰਨ, ਉਹਦੇ 'ਚੋਂ ਪ੍ਰੋਟੈਕਸ਼ਨ ਐਗਰੀਮੈਂਟ ਚਾਹੁੰਦਾ ਇੱਕ, ਵੀ ਉਹਨਾਂ ਦੀ ਪ੍ਰੋਟੈਕਸ਼ਨ ਕੀ ਹੋਊਗੀ ਕੱਲ੍ਹ ਨੂੰ ਤੁਸੀਂ ਸਮਝੌਤਾ ਰੱਦ ਕਰ ਦਿਓ, ਦੈਨ ਵਟ ਵਿਲ ਬੀ ਦਾ ਪੋਜੀਸ਼ਨ। ਉਹ ਕਹਿੰਦੇ ਕਿ ਸਾਨੂੰ ਫਿਰ ਇਹ ਅਧਿਕਾਰ ਹੋਣਾ ਚਾਹੀਦਾ ਹੈ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਵਿੱਚ ਜਾਣ ਦਾ, ਜਿਹੜਾ ਕਿ ਆਮ ਤੌਰ 'ਤੇ ਨਹੀਂ ਹੁੰਦਾ, ਪਰ ਉਹ ਅਧਿਕਾਰ ਮੰਗ ਰਹੇ ਨੇ ਇਸ ਗੱਲ ਦਾ। ਦੂਜਾ, ਜੇ ਹੁਣ ਉਹ ਐਗਰੀਮੈਂਟਸ ਜਿਹੜੇ ਫਰੀ ਕਿਸੇ ਵੀ ਟਾਈਪ ਦੇ ਨੇ ਰੱਦ ਕਰਨੇ ਨੇ ਜਿਹੜੇ ਫਰੀ ਟ੍ਰੇਡ ਦੇ ਵਿੱਚ, ਜੇ ਹੁਣ ਸਾਡਾ ਨਫਟਾ ਨਾਲ ਐਗਰੀਮੈਂਟ ਹੈ, ਮੈਕਸੀਕੋ ਅਤੇ ਅਮਰੀਕਾ ਨਾਲ ਫਰੀ ਟ੍ਰੇਡ ਦਾ ਐਗਰੀਮੈਂਟ ਹੈ, ਉਹਨੂੰ ਜੇ ਟਰਮੀਨੇਟ ਕਰਨਾ ਹੋਵੇ, ਖਤਮ ਕਰਨਾ ਹੋਵੇ, ਤਾਂ 6 ਮਹੀਨੇ ਦੇ ਵਿੱਚ ਟਰਮੀਨੇਟ ਹੋ ਜਾਂਦਾ, ਟਰਮੀਨੇਟ ਹੋਣ ਤੋਂ ਬਾਅਦ 6 ਮਹੀਨੇ ਦੇ ਵਿੱਚ ਉਹ ਕੰਪਨੀਆਂ ਨੂੰ ਜਾਣਾ ਪੈਂਦਾ ਜਿਹਦੇ ਸਮਝੌਤਾ ਰੱਦ ਹੋ ਗਿਆ। ਹੁਣ ਚੀਨ ਵਾਲੇ ਕਹਿੰਦੇ ਨੇ ਕਿ ਅਸੀਂ ਇਹ ਐਗਰੀਮੈਂਟ 15 ਸਾਲ ਦਾ ਕਰਾਂਗੇ, ਜਦੋਂ ਅਸੀਂ ਇੱਕ ਵੱਡੀ ਇਨਵੈਸਟਮੈਂਟ ਕਰਨੀ ਹੈ ਇੱਥੇ, ਮੰਨ ਲਾ ਆਇਲ ਫੀਲਡ 'ਚ ਕਰਨੀ ਹੈ, ਹੋਰ ਕਿਸੇ ਖੇਤਰ 'ਚ ਕਰਨੀ ਹੈ, ਤਾਂ 6 ਮਹੀਨੇ ਤਾਂ ਸਾਡਾ ਕੁਝ ਨਹੀਂ ਬਣਨਾ, ਮਿਨੀਮਮ 15 ਸਾਲ ਅੱਜ ਸਮਝੌਤਾ ਰੱਦ ਹੁੰਦਾ, ਉਹ ਤੋਂ 15 ਸਾਲ ਬਾਅਦ ਤੱਕ ਸਾਡਾ ਆਪਰੇਸ਼ਨ ਹੈ ਜਿਹੜਾ ਉੱਥੇ ਜਾਰੀ ਰਹਿਣਾ ਚਾਹੀਦਾ। ਇਹ ਤੋਂ ਵੀ ਥੋੜ੍ਹਾ ਜਿਹਾ ਕੰਨੀ ਕਰਤਾਉਂਦੇ ਨੇ ਕੈਨੇਡਾ ਵਾਲੇ ਕਿ ਕਰੀਏ ਕਿ ਨਾ ਕਰੀਏ। ਦੂਜਾ, ਦੋ ਕੰਸਰਨ ਥੋੜ੍ਹੇ ਜਿਹੇ ਪੋਲੀਟੀਕਲ ਨੇ ਕਿ ਕੈਨੇਡਾ ਇਹ ਚਾਹੁੰਦਾ ਹੈ ਕਿ ਕੁਝ ਲੇਬਰ ਲਾਜ਼ ਦੇ ਵਿੱਚ ਚੇਂਜ ਚਾਹੁੰਦਾ,
एक एनवायरमेंटल भरोसा चाहता है कि वातावरण के भी कुछ भरोसगी होनी चाहिए है। तो इस तरह दो गल्लां लेबर ते एनवायरमेंट जी ये भी कनेडा वाले मांग करते हैं, पर चीन वाले इस खेत्र दे विच ये गल नूं बहुता देण दी इच्छुक नहीं है। सो फ्री ट्रेड एग्रीमेंट दोहां देशां दा फिलहाल असीं कह सकते हैं कि ठंडे वस्ते दे विच ही है, तो लिबरल सरकार उस नूं अगे वधाउण दे लई कोई बहुता उत्साहित नहीं लग रही, मैनू ये लग रहा आपके तौर पर, तो आउंदे चुनौतीं च हुंदा की है, चलो समां दसूगा। डॉक्टर साहब एक रिपोर्ट आई है कि तुसीं इकोनमी की गल की, कैनेडा की इकोनमी श्रिंक हुई है पहला नालों, 2009 तो बाद पहली बार होया कि इन्नी ज़्यादा श्रिंक हुई होगी इकोनमी, आउंदे समय किस तरह के प्रभाव पैणगे, इस बारे थोड़ी जानकारी। हाँ जी राजदीप, ये देखो रिपोर्ट यह है कि जिहड़े असीं जदों चार क्वार्टर पढ़दे हां साल नूं, जिहड़ा पहला क्वार्टर से उहदे विच कुछ प्रोग्रेस अच्छी रही सी साडी आर्थिकता दी, जिहड़ा दूजा क्वार्टर है ये जिहड़ी प्रोग्रेस है वह बहुत डाउन चली गई, तकरीबन 1.6% श्रिंक कर गई साडी इकोनमी, सुंगड़ गई जी जी, भावें नौकरियां भी चलिया गई, प्रोडक्शन भी घट गई, चीज़ों का समान नहीं बन रहा, बहुत सारिया गल्लां इहदे च काउंट होईयां। इहदा कारण की है? हाँ, इहदे कारण यही दे सकदे कि उन्हां टाइमां दे विच एक तां तेल दीआं कीमतां घटन करके बहुत सारी डाउन आ गई जिहड़ी मार्केट सी, अल्बर्टा दे विच तेल दीआं बहुत सारिया कंपनियां बंद हो गईयां सी इस क्वार्टर दे विच, जिहड़ा अप्रैल मई जून ये 3 महीने का क्वार्टर है, सारे प्रोडक्शन बंद हो गई तो बहुत सारिया नौकरियां भी चलिया गई, नाल सारी डाउन आ गई। दूजा जिहड़ा फोर्ट मैकमरी दे विच अग लगी, तो फोर्ट मैकमरी दे विच उहदे भी इकोनोमी ने बहुत डाउन किया थले, उहदे नाल तुसीं देखोगे जिहड़ा मई का महीना सी ना उहदे च इन्नी डाउन चली गई सी कि पिछले 7 सालों का रिकॉर्ड सी कि इन्नी डाउन नहीं सी जांदी, उहने सब तो पंगा पाया मई के महीने ने, हुण मई तो बाद आ गया जून। हुण इहदे च इक माड़ा चंगा पक्ष यह है कि ठीक है, बहुती डरन वाली गल नहीं, 2009 का जिहड़ा सैकेंड क्वार्टर सी उहदे विच वी इन्नी डाउन आई सी, उदों इकनोमिक मंदवाड़ा चलदा सी कनेडा दे विच, डिप्रैशन सी, पर हुण उह माड़ी पोजिशन नहीं है, इह च कोई इन्नी डरन वाली गल नहीं हैगी। उहदा रीजन मैं तुहानूं दस्सदा कि जिहड़ा जून का महीना है इहदे च जिहड़ी 0.6% आ जिहड़ा इह अप हुई है आर्थिकता, इहदा भाव क्यों अप हुई, उहदे रीजन बड़े ने कि माइनिंग साडी वधी है, ऑयल प्रोडक्शन इहदे विच वधी है, ते तीजे नंबर दे उत्ते जिहड़ी फोर्ट मैकमरी दी बिल्डिंग दी उसारी शुरू हुई है ਉਹ ਹੋਈ ਹੈ, ਇਹਨਾਂ ਕਰਕੇ ਸਾਡੀ ਅਪ ਹੋ ਗਈ। ਇਹਨਾਂ ਸਾਰੀਆਂ ਪੋਜੀਸ਼ਨ 'ਚ ਕਰਕੇ ਜੁਲਾਈ ਅਗਸਤ ਸਤੰਬਰ ਜਿਹੜਾ ਅਗਲਾ ਆਉਣਾ ਉਹ ਆਸ ਕੀਤੀ ਜਾਂਦੀ ਹੈ ਕਿ ਵਧੀਆ ਹੋਊਗਾ ਅਤੇ ਚੰਗੀ ਡਿਵੈਲਪਮੈਂਟ ਹੋਣ ਦੀ ਆਸ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਅਸੀਂ ਡਾਕਟਰ ਸੋਹੀ ਨਾਲ ਕੁਝ ਹੋਰ ਮੁੱਦਿਆਂ 'ਤੇ ਗੱਲਬਾਤ ਕਰਨ ਵਾਸਤੇ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। ਥੈਂਕ ਯੂ ਜੀ।